ਜਦੋਂ ਤੁਸੀਂ ਪ੍ਰਧਾਨਗੀ ਉਹ ਸੀਟ ਤੇ ਰਹਿੰਦੇ ਹੋ ਉਦੋਂ ਗੱਲਾਂ ਕਿਉਂ ਨਹੀਂ ਤੁਹਾਨੂੰ ਦਿਖਦੀਆਂ ਜਦੋਂ ਤੁਹਾਨੂੰ ਪ੍ਰਧਾਨਗੀ ਤੋਂ ਸਾਈਡ ਤੇ ਤੁਹਾਨੂੰ ਲਾਂਬੇ ਕੀਤਾ ਜਾਂਦਾ ਫਿਰ ਤੁਸੀਂ ਇਲਜ਼ਾਮ ਵੀ ਲਾਉਂਦੇ ਹੋ ਫਿਰ ਤੁਸੀਂ ਜਿਹੜਾ ਹੈਗਾ ਕਿ ਢੀਜਾ ਦੇ ਵਿੱਚੋਂ ਜ세ਦਾਰ ਨਿਕਲਦੇ ਨੇ ਉਦੋਂ ਤੁਸੀਂ ਪਹਿਲਾਂ ਕਿਉਂ ਨਹੀਂ ਬੋਲਦੇ ਗੱਲਾਂ ਜਦੋਂ ਤੁਸੀਂ ਉਸ ਕਮੇਟੀ ਦੇ ਵਿੱਚ ਹੁੰਦੇ ਹੋ ਉਸ ਕਮੇਟੀ ਦੇ ਵਿੱਚ ਕੀ ਕੀ ਹੋ ਰਿਹਾ ਹੈ ਇਹ ਤੁਹਾਨੂੰ ਅਉਧੇ ਪਿਆਰੇ ਨੇ ਜੀਬੀ ਜੰਗੀਰ ਕੌਰ ਨੇ ਇਲਜ਼ਾਮ ਲਾਇਆ ਸੀ ਕਿ ਪ੍ਰਧਾਨ ਜਿਹੜਾ ਹੈਗਾ ਲਫਾਫੇ ਚੋਂ ਨਿਕਲਦਾ ਹੈ ਫਿਰ ਤਾਂ ਬੀਬੀ ਜੰਗੀਰ ਕੌਰ ਖੁਦ ਦੋ ਵਾਰ ਪ੍ਰਧਾਨ ਬਣੇ ਨੇ ਤਾਂ ਇੱਥੇ ਇਹ ਸਵਾਲ ਉਹਨਾਂ ਤੇ ਉੱਠਦਾ ਕਿ ਕੀ ਤੁਹਾਡਾ ਨਾਮ ਵੀ ਫਿਰ ਲਿਫਾਫੇ ਚੋਂ ਨਿਕਲਿਆ ਸੀ ਉਹ ਆਪਣੀ ਸਿਆਸੀ ਆਕਾ ਦੇ ਹੱਥਾਂ ਦੀ ਕਟਕੁਥਲੀ ਸੀ ਜਿਵੇਂ ਉਹਨਾਂ ਨੂੰ ਉਹਨਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਤਾ ਤੁਸੀਂ ਉਹਨਾਂ ਦੇ ਅਕੋਰਡਿੰਗ ਕਰਦੇ ਰਹੇ ਫਿਰ ਤਾਂ ਇਹਦਾ ਮਤਲਬ ਤੁਹਾਡੀ ਸ਼ਖਸੀਅਤ ਤੇ ਵੀ ਸਵਾਲ ਉੱਦੇ ਨੇ ਉਹਨਾਂ ਨੇ ਐਲਾਨ ਕੀਤਾ ਕਿ ਸਰੋਵਣੀ ਅਕਾਲੀ ਪੰਥ ਕਾ ਇੱਕ ਧਿਰ ਦਾ ਆਗਰ ਕਰਤਾ ਇਸ ਐਲਾਨ ਦੇ ਨਾਲ ਜਿਹੜੇ ਹੋਰ ਲੀਟਰ ਨੇ ਮੈਂ 3ਸਾ ਗਰੁੱਪ ਦੀ ਗੱਲ ਕਰਾਂ ਬਾਦਲ ਸੋਹਣੀ ਕਾਲੀ ਤਲ ਬਾਦਲ ਦੀ ਗੱਲ ਕਰਾਂ ਕੀ ਲੱਗਦਾ ਕਿ ਇਹਦੇ ਇਹਦੇ ਵਿੱਚੋਂ ਕੁਝ ਲੀਟਰ ਜਾਂ ਬੀਬਾ ਜੀ ਨੂੰ ਇਸ ਚੀਜ਼ ਦੀ ਕੋਈ ਸ਼ਹਿਗ ਬੀਬੀ ਜੰਗੀਰ ਕੌਰ ਦਾ ਕਦਮ ਭਾਵੇਂ ਸਿਆਸਤ ਦੇ ਵਿੱਚ ਵੱਡਾ ਹੈ ਪਰ ਜਦੋਂ ਕਹਿੰਦੇ ਹੁੰਦੇ ਹਨ ਨਾ ਕੋਈ ਸ਼ਰੀਕ ਵੱਡਕ ਮਾਰਦਾ ਹੁੰਦਾ ਤਾਂ ਪਿੱਛੇ ਕਿਸੇ ਸ਼ਰੀਕ ਦੀ ਝੱਕ ਵੀ ਹੁੰਦੀ ਹੈ ਜੇ ਤਾਂ ਜੰਗੀਰ ਕੌਰ ਉਹਨਾਂ ਨੂੰ ਅਪਰੋਚ ਕਰਦੀ ਹੈ ਵੀ ਆਓ ਜੀ ਆਪਾਂ ਇੱਕ ਗੱਠ ਜੋੜ ਕਰੀਏ ਆਪਾਂ ਮਿਲ ਕੇ ਆਪਾਂ ਇਕੱਠੇ ਹੋ ਕੇ ਤੇ ਆਪਾਂ ਇਕੱਠੇ ਹੋ ਕੇ ਨਮਾ ਉਹ ਅਕਾਲੀ ਦਲ ਸਿਰਜਗੇ ਜਿਹੜਾ ਅਕਾਲੀ ਦਲ ਬਾਦਲ ਪਰਿਵਾਰ ਨੇ ਖਤਮ ਕਰਤਾ ਜਾਂ ਜਿਹੜਾ ਅਕਾਲੀ ਦਲ ਬਾਦਲ ਪਰਿਵਾਰ ਦੀ ਮੁਠੀ ਚ ਹੈ ਬਾਦਲ ਪਰਿਵਾਰ ਉਸ ਨੂੰ ਆਪਣੀ ਜਾਗੀਰ ਸਮਝੀ ਬੈਠਾ ਹੈ ਆਪਣਾ ਸਮਝੀ ਬੈਠਾ ਹੈ ਆਪਾਂ ਉਸ ਨੂੰ ਆਜ਼ਾਦ ਕਰਵਾਇਗੇ ਸ਼੍ਰੋਮਣੀ ਕਮੇਟੀ ਦੇ ਆਪਾਂ ਹੱਕਾਂ ਲਈ ਲੜਗੇ ਜਿਵੇਂ ਜੰਗੀਰ ਕੌਰ ਭਾਵੇਂ ਪੰਜਾਬ ਦੇ ਵੱਡੇ ਅਹੁਦਿਆਂ ਤੇ ਰਹੇ ਆ ਪਰ ਮੈਨੂੰ ਨਹੀਂ ਲੱਗਦਾ ਮੇਰੀ ਨਿੱਜੀ ਇਹ ਆਪਣੇ ਵਿਚਾਰ ਨੇ ਕਿ ਮੈਨੂੰ ਨਹੀਂ ਲੱਗਦਾ ਉਹ ਪੰਜਾਬ ਪੱਤਰ ਤੇ ਕੋਈ ਵੱਡਾ ਅਕਾਲੀ ਦਲ ਦਾ ਨੁਕਸਾਨ ਕਰ ਦੇਣਗੇ ਸੱਚੀ ਕਾਲ ਤੁਸੀਂ ਲੋਕ ਰਾਇ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਪਰਮੇਂਦਰ ਸਿੰਘ ਹਮੇਸ਼ਾ ਦੀ ਤਰ੍ਹਾਂ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਆ ਤੇ ਰਾਜਨੀਤਿਕ ਮੁੱਦਿਆਂ ਤੇ ਗੱਲਬਾਤ ਕਰਦੇ ਆ ਅੱਜ ਵੀ ਗੱਲਬਾਤ ਜਿਹੜੀ ਆਪਾਂ ਕਰਨੀ ਹੈ ਉਹ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਬੀਬੀ ਜੰਗੀਰ ਕੌਰ ਬਾਰੇ ਬੀਬੀ ਜੰਗੀਰ ਕੌਰ ਨੇ ਇੱਕ ਵੱਖਰੀ ਧਿਰ ਦਾ ਐਲਾਨ ਕਰ ਦਿੱਤਾ ਸ੍ਰੋਮਣੀ ਅਕਾਲੀ ਪੰਥਕ ਜਿਹੜੀ ਧਿਰ ਦਾ ਐਲਾਨ ਕਰ ਦਿੱਤਾ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ ਦੂਜੇ ਪਾਸੇ ਪਿਛਲੇ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਕਿ ਬਿਕਰਮਜੀਤ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦੀ ਜੱਫੀ ਦਾ ਬੜਾ ਜਿਹੜਾ ਵਿਵਾਦ ਛੜਿਆ ਹੋਇਆ ਹੈ ਕਿ ਜੱਫੀ ਨੇ ਸਿਆਸਤ ਦੇ ਵਿੱਚ ਬੜੀ ਕਰਵਟ ਛੇੜ ਦਿੱਤੀ ਹੈ ਸਿਆਸਤ ਨੂੰ ਭਖਾ ਦਿੱਤਾ ਹੈ ਇਸ ਵਿਸ਼ੇ ਤੇ ਵੀ ਗੱਲਬਾਤ ਕਰਨੀ ਹੈ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਹਰਜਿੰਦਰ ਸਿੱਧੂ ਨੇ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਚੜ੍ਹਦੀ ਕਲਾ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਨਾ ਉਹ ਕੱਲ੍ਹ ਬਾਤ ਕਰ ਰਹੇ ਹਾਂ ਬੀਬੀ ਜੰਗੀਰ ਕੌਰ ਨੂੰ ਲੈ ਕੇ ਬੀਬੀ ਜੰਗੀਰ ਕੌਰ ਨੇ ਇੱਕ ਨਵੀਂ ਧਿਰ ਦਾ ਐਲਾਨ ਕਰ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਨੂੰ ਬੀਬੀ ਜੰਗੀਰ ਕੌਰ ਬਾਰੇ ਸਾਡੇ ਦਰਸ਼ਕਾਂ ਨੂੰ ਚੰਨਣਾ ਪਾਉ ਦੋ ਬੀਬੀ ਜੰਗੀਰ ਕੌਰ ਦਾ ਪਿਛੋਕੜ ਤੇ ਜਿਹੜੀ ਨਵੀਂ ਧਿਰ ਹੁਣ ਇਹਨਾਂ ਨੇ ਸ਼ੁਰੂ ਖੜੀ ਕੀਤੀ ਹੈ ਇਹਦਾ ਫਾਇ ਤੇ ਕੀ ਦਾ ਨੁਕਸਾਨ ਹੋਵੇਗਾ ਪਰਮਿੰਦਰ ਜੀ ਕੋਈ ਦੂਰ رائے ਨਹੀਂ ਕਿ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਜੀ ਸ਼੍ਰੋਮਣੀ ਕਮੇਟੀ ਦੇ ਖੇਮੇ ਦੇ ਵਿੱਚ ਜੀ ਔਰ ਪੰਜਾਬ ਦੀ ਰਾਜਨੀਤਿਕ ਤੇ ਧਾਰਮਿਕ ਸਿਆਸਤ ਦੇ ਵਿੱਚ ਜੀ ਬੀਬੀ ਜੰਗੀਰ ਕੌਰ ਦਾ ਇੱਕ ਵੱਡਾ ਨਾਮ ਆ ਹੂੰ ਅੱਜ ਜੰਗੀਰ ਕੌਰ ਥੋੜਾ ਜਿਹਾ ਪਿੱਛੇ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਅਕਾਲੀ ਦਲ ਨਾਲੋਂ ਬਖ ਹੋ ਗਏ ਉਸ ਤੋਂ ਬਾਅਦ ਉਹਨਾਂ ਦੀ ਸਮੇਂ-ਸਮੇਂ ਤੇ ਇੰਟਰਵਿਊਜ਼ ਆਈਆਂ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਅਕਾਲੀ ਦਲ ਤੇ ਲਾਏ ਸ਼ਰਮਣੀ ਕਮੇਟੀ ਤੇ ਲਾਏ ਉਸ ਤੇ ਵੀ ਆਪਾਂ ਚਰਚਾ ਕਰਾਂਗੇ ਮੈਂ ਥੋੜਾ ਜਿਹਾ ਜੰਗੀਰ ਕੌਰ ਬਾਰੇ ਦੱਸਣਾ ਚਾਹੁੰਦਾ ਕਿ ਬੀਬੀ ਜੰਗੀਰ ਕੌਰ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਬਤੌਰ ਹਿਸਾਬ ਦੀ ਅਧਿਆਪਕ ਸੀ ਜੀ ਮੈਂ ਦੀ ਮੈਥ ਦੀ ਅਧਿਆਪਕ ਸੀ ਬੇਗੋਵਾਲ ਦੇ ਵਿੱਚ ਜਿਹੜਾ ਹੈਗਾ ਸਰਕਾਰੀ ਸਕੂਲ ਦੇ ਵਿੱਚ ਉਹ ਬਤੌਰ ਅਧਿਆਪਕ 1982 ਦੇ ਵਿੱਚ ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ ਜੀ 82 ਤੋਂ ਪਹਿਲਾਂ ਜੀ 1982 ਦੇ ਕਰੀਬ ਜਾ ਕੇ ਉਹਨਾਂ ਦੇ ਪਤੀ ਦੀ ਬ੍ਰੇਨ ਕੈਂਸਰ ਨਾਲ ਮੌਤ ਹੋ ਜਾਂਦੀ ਆ ਜੀ ਤੇ ਉਸ ਤੋਂ ਬਾਅਦ ਉਹ ਬੇਗੋਵਾਲ ਦੇ ਵਿੱਚ ਇੱਕ ਸੰਤ ਪ੍ਰੇਮ ਸਿੰਘ ਮਰਾਰੇ ਵਾਲੇ ਇੱਕ ਧਾਰਮਿਕ ਸੰਪਰਦਾਇਕ ਡੇਰਾ ਹੈ ਜੀ ਉਸ ਡੇਰੇ ਦੀ ਉਹਨਾਂ ਨੂੰ ਮੁਖੀ ਦੇ ਤੌਰ ਤੇ ਸੇਵਾ ਸੰਭਾਲ ਕਰਨ ਦੀ ਉਹਨੂੰ ਜ਼ਿੰਮੇਵਾਰੀ ਮਿਲਦੀ ਆ ਉੱਥੋਂ ਦੀ ਜਿਹੜੀ ਕਮੇਟੀ ਆ ਉਸ ਡੇਰੇ ਦੀ ਉਹ ਸੇਵਾ ਸੰਭਾਲ ਦਾ ਚਾਰਜ ਉਹਨਾਂ ਨੂੰ ਮਿਲਦਾ ਉੱਥੋਂ ਜੋ ਹੈ ਉਹ ਸਮਾਜਿਕ ਤੇ ਧਾਰਮਿਕ ਬਤੌਰ ਸੋਸ਼ਲ ਵਰਕਰ ਕਹਿ ਲੋ ਉਹ ਉੱਥੋਂ ਉਹਨਾਂ ਦਾ ਪੈਰ ਸਮਾਜ ਦੇ ਵਿੱਚ ਆਉਂਦਾ ਅੱਗੇ ਜੀ ਅੱਗੇ ਜਦੋਂ ਰਾਜਨੀਤੀ 'ਚ ਉਹਨਾਂ ਉਹਨਾਂ ਨੇ ਕਦਮ ਰੱਖਿਆ ਤਾਂ 1995 ਦੇ ਵਿੱਚ ਉਹ ਅਕਾਲੀ ਦਲ ਦੇ ਪਹਿਲੀ ਵਾਰ ਵਰਕਿੰਗ ਮੈਂਬਰ ਦੇ ਤੌਰ ਤੇ ਆਪਦੀ ਐਂਟਰੀ ਕਰਦੇ ਨੇ ਅਕਾਲੀ ਦਲ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ 97 ਦੇ ਵਿੱਚ ਇਲੈਕਸ਼ਨ ਹੁੰਦੇ ਆ ਤੇ 97 ਦੇ ਵਿੱਚ ਅਕਾਲੀ ਦਲ ਵੱਲੋਂ ਉਹਨਾਂ ਨੂੰ ਪਲੱਥ ਹਲਕੇ ਤੋਂ ਟਿਕਟ ਮਿਲਦੀ ਆ ਔਰ ਉਹ ਜਿੱਤ ਵੀ ਜਾਂਦੇ ਨੇ ਤੇ ਉਹਨਾਂ ਨੂੰ ਬਤੌਰ ਮਨਿਸਟਰ ਕੈਬਨਿਟ ਦੇ ਵਿੱਚ ਲਿਆ ਜਾਂਦਾ ਬਾਦਲ ਸਰਕਾਰ ਵੱਲੋਂ ਜੀ ਤਾਂ ਇਸ ਦੇ ਨਾਲ ਕੀ ਹੁੰਦਾ ਕਿ ਉਹਨਾਂ ਦਾ ਕਦਮ ਹੋਰ ਉੱਚਾ ਹੋ ਗਿਆ ਅਕਾਲੀ ਦਲ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਨਾਲ ਹੀ 1999 ਦੇ ਵਿੱਚ ਉਹਨਾਂ ਨੂੰ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਜਾਂਦਾ ਸ਼੍ਰੋਮਣੀ ਕਮੇਟੀ ਦਾ ਐਜੀਪੀਸੀ ਦਾ ਉਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਜਾਂਦਾ 1999 ਚ ਦੋ ਵਾਰ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਹਮ ਅੱਗੇ ਜਾ ਕੇ ਉਹਨਾਂ ਦੀ ਜ਼ਿੰਦਗੀ ਚ ਇੱਕ ਬੜੇ ਉਤਰਾ ਚੜਾ ਆਉਂਦੇ ਨੇ ਉਤਰਾ ਚੜਾ ਕੀ ਆਉਂਦਾ ਕਿ 2000 ਦੇ ਵਿੱਚ ਉਹਨਾਂ ਦੇ ਉੱਪਰ ਇੱਕ ਉਹਨਾਂ ਦੀ ਆਪਣੀ ਧੀ ਦੇ ਹੀ ਕਤਲ ਕੇਸ ਦੇ ਵਿੱਚ ਇਸ ਵਿਵਾਦ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਕੇਸ ਦੇ ਵਿੱਚ ਉਹ ਉਲਝਦੇ ਨੇ ਉਹਨਾਂ ਤੇ ਇਲਜ਼ਾਮਤ ਲੱਗਦੇ ਨੇ ਕੋਰਟ ਦੇ ਵਿੱਚ ਕੇਸ ਚੱਲਦਾ ਤੇ ਉਸ ਦੇ ਵਿੱਚ ਉਹਨਾਂ ਨੂੰ 5 ਸਾਲ ਦੀ ਸਜ਼ਾ ਹੋ ਜਾਂਦੀ ਹੈ। ਜੀ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਐ ਜੀ ਪੀ ਸੀ ਦੇ ਪ੍ਰਧਾਨ ਤੇ ਆਪਣੇ ਮੰਤਰੀ ਮੰਡਲ ਤੇ ਆਪਣੇ ਉਸ ਤੋਂ ਸਾਰੇ ਤੋਂ ਅਸਤੀਫਾ ਦੇਣਾ ਪੈਂਦਾ ਹੈ। ਜੀ ਇਸ ਤਰ੍ਹਾਂ ਦੇ ਉਤਰਾਚੜਾ ਉਹਨਾਂ ਤੋਂ ਆਈ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਅੱਗੇ ਉਸ ਤੋਂ ਬਾਅਦ ਲਗਾਤਾਰ ਉਹਨੇ ਇਲੈਕਸ਼ਨ ਲੜੇ ਪਰ ਉਹ ਹਾਰਦੇ ਰਹੇ। ਸੁਖਪਾਲ ਸਿੰਘ ਖਹਿਰਾ ਉਸਪਲਾਥ ਹਲਕੇ ਤੋਂ ਲਗਾਤਾਰ ਜਿੱਤਦੇ ਰਹੇ ਆ। ਜੀ ਤੇ ਪਰ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਬਤੌਰ ਪ੍ਰਧਾਨ ਬਤੌਰ ਹੋਰ ਵੱਡੇ ਅਹੁਦਿਆਂ ਤੇ ਉਹ ਲਗਾਤਾਰ ਚਲਦੇ ਆ ਰਹੇ ਸੀ ਇਹ ਉਹਨਾਂ ਦਾ ਥੋੜਾ ਜਿਹਾ ਪਿਛੋਕੜ ਦਾ ਹੈ ਉਹਨਾਂ ਦੇ ਜੀਵਨ ਦਾ ਬੇਰਬਾ ਹੁਣ ਪਿੱਛੇ ਕੀ ਹੋਇਆ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਹਰਜਿੰਦਰ ਸਿੰਘ ਧਾਮੀ ਜਦੋਂ ਪ੍ਰਧਾਨ ਬਣਾਏ ਜਾਂਦੇ ਨੇ ਉਦੋਂ ਉਹ ਵੀ ਮੁਕਾਬਲੇ ਦੇ ਵਿੱਚ ਸੀਗੇ ਉਮੀਦ ਸੀ ਬੀ ਬਾਦਲ ਸਾਹਿਬ ਮੇਰਾ ਨਾਮ ਅਨਾਉਂਸ ਕਰਨਗੇ ਹੂੰ ਠੀਕ ਹੈ ਨਾ ਲੰਬੇ ਟਾਈਮ ਤੋਂ ਉਹਨਾਂ ਨੇ ਕਈ ਵਾਰ ਇਹ ਰੱਖਿਆ ਸੀ ਕਿਉਂਕਿ ਇਹ ਪਹਿਲੀ ਔਰਤ ਹੈ ਪੰਜਾਬ ਦੀ ਜਿਹੜੀ ਅਕਾਲੀ ਦਲ ਦੀ ਪਹਿਲੀ ਵਰਕਿੰਗ ਮੈਂਬਰ ਅਕਾਲੀ ਦਲ ਦੀ ਪਹਿਲੀ ਐਸਜੀਪੀਸੀ ਪ੍ਰਧਾਨ ਬਣੀ ਹੋਈ ਆ ਤਾਂ ਆਪਣੇ ਆਪ ਤੇ ਇੱਕ ਪ੍ਰਾਊਡ ਹੁੰਦਾ ਵੀ ਹਾਂ ਮੈਂ ਅਕਾਲੀ ਦਲ ਦੀ ਪਹਿਲੀ ਹੋਣ ਦਾ ਮਾਣ ਮੈਨੂੰ ਮਿਲਿਆ ਜੀ ਪਰ ਹੋਇਆ ਸਭ ਉਲਟਾ ਜੀ ਤਾਂ ਉੱਥੇ ਜਿਹੜਾ ਹੈਗਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਬਣਾ ਦਿੱਤਾ ਗਿਆ ਜੀ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਤੋਂ ਬਾਅਦ ਫਿਰ ਇਹ ਅਕਾਲੀ ਦਲ ਨਾਲੋਂ ਟੁੱਟ ਜਾਂਦੇ ਨੇ ਆਪਣਾ ਨਾਤਾ ਤੋੜ ਲੈਂਦੇ ਨੇ ਤੇ ਉਹਨਾਂ ਦੇ ਖਿਲਾਫ ਬਗਾਵਤ ਕਰ ਦਿੰਦੇ ਨੇ ਬਗਾਵਤ ਦੇ ਵਿੱਚ ਕਾਫੀ ਆਪਾਂ ਇੰਟਰਵਿਊਜ਼ ਦੇਖੀਆਂ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਤੇ ਸੁਖਵੀਰ ਬਾਦਲ ਤੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਦੇ ਕਮੇਟੀ ਤੇ ਇੱਕ ਵੱਡੇ ਇਲਜ਼ਾਮ ਹਿਲਾਉਂਦੇ ਨੇ ਇਹ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਨਹੀਂ ਹੈ ਨਿਰਪੱਖ ਨਹੀਂ ਹੈ ਇਹ ਬਾਦਲਾਂ ਦੀ ਮੁੱਠੀ ਦੇ ਵਿੱਚ ਹੈ ਬਾਦਲ ਆਪਣੀ ਮਨਮਰਜ਼ੀ ਨਾਲ ਜਿਹੜੇ ਹੈਗੇ ਲਿਫਾਫਿਆਂ ਦੇ ਵਿੱਚੋਂ ਪ੍ਰਧਾਨ ਕੱਢਦੇ ਨਹੀਂ ਤੇ ਸਭ ਜਿਹੜੇ ਹੈਗੇ ਨੇ ਉਹਨਾਂ ਤੇ ਮਤਲਬ ਕਿ ਜਿਹੜੀ ਸ਼੍ਰੋਮਣੀ ਕਮੇਟੀ ਦਾ ਇੱਕ ਆਪਾਂ ਕਹਿ ਲਓ ਵੀ ਉਹਦਾ ਪੈਸਾਗਾ ਉਹ ਵੀ ਬਾਦਲ ਪਰਿਵਾਰ ਵੱਲੋਂ ਯੂਜ਼ ਕਰਨ ਦੇ ਵੱਡੇ ਇਲਜ਼ਾਮਤ ਉਸ ਵੇਲੇ ਲਾਏ ਆ ਬਿਲਕੁਲ ਸਤੂ ਜੀ ਗੱਲ ਇਹ ਹੈ ਵੀ ਜਦੋਂ ਤੁਸੀਂ ਪ੍ਰਧਾਨਗੀ ਉਹ ਸੀਟ ਤੇ ਰਹਿੰਦੇ ਹੋ ਉਦੋਂ ਇਹ ਗੱਲਾਂ ਕਿਉਂ ਨਹੀਂ ਤੁਹਾਨੂੰ ਦਿਖਦੀਆਂ ਜਦੋਂ ਤੁਹਾਨੂੰ ਪ੍ਰਧਾਨਗੀ ਤੋਂ ਸਾਈਡ ਤੇ ਤੁਹਾਨੂੰ ਲਾਂਭੇ ਕੀਤਾ ਜਾਂਦਾ ਫਿਰ ਤੁਸੀਂ ਇਲਜ਼ਾਮ ਵੀ ਲਾਉਂਦੇ ਹੋ ਫਿਰ ਤੁਸੀਂ ਜਿਹੜਾ ਹੈਗਾ ਕਿ ਗੀਜਾ ਦੇ ਵਿੱਚੋਂ ਜਥੇਦਾਰ ਨਿਕਲਦੇ ਨੇ ਉਦੋਂ ਤੁਸੀਂ ਪਹਿਲਾਂ ਕਿਉਂ ਨਹੀਂ ਬੋਲਦੇ ਇਹ ਗੱਲਾਂ ਜਦੋਂ ਤੁਸੀਂ ਉਸ ਕਮੇਟੀ ਦੇ ਵਿੱਚ ਹੋਣੇ ਉਸ ਕਮੇਟੀ ਦੇ ਵਿੱਚ ਕੀ ਕੀ ਹੋ ਰਿਹਾ ਹੈ ਇਹ ਤੁਹਾਨੂੰ ਆਉਧੇ ਪਿਆਰੇ ਨੇ ਹਮ ਪ੍ਰਮੇਂਦਰ ਮੈਂ ਇਸ ਗੱਲ ਵੱਲ ਆ ਰਿਹਾ ਸੀ ਕਿ ਜਿੰਨਾ ਚਿਰ ਤੁਹਾਨੂੰ ਖਾਣ ਨੂੰ ਮਿਲ ਰਿਹਾ ਜਿੰਨਾ ਚਿਰ ਤੁਸੀਂ ਇੱਕ ਵੱਡੀ ਕੁਰਸੀ ਤੇ ਵਿਰਾਜ਼ਮਾਨ ਹੋ ਜਿੰਨਾ ਚਿਰ ਤੁਹਾਡੇ ਉੱਪਰ ਤੁਹਾਡੇ ਸਿਆਸੀ ਆਕਾ ਦੀ ਠੰਡੀ ਨਜ਼ਰ ਹੈ ਤੁਹਾਨੂੰ ਉਹ ਗਫੇ ਉਹ ਸਾਰੀਆਂ ਰਹਿਮਤਾਂ ਮਿਲ ਰਹੀਆਂ ਨੇ ਆਪਣੇ ਰਾਜਨੀਤ ਕਾਕਾ ਵੱਲੋਂ ਤੁਸੀਂ ਖੁਸ਼ ਹੋ ਤੁਸੀਂ ਬਹੁਤ ਖੁਸ਼ ਹੋ ਤੁਸੀਂ ਕੁਝ ਨਹੀਂ ਬੋਲੋਗੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਉਹਦਾ ਪ੍ਰਵਾਨ ਕਰਦੇ ਰਹੋਗੇ ਬੀਬੀ ਜੰਗੀਰ ਕੌਰ ਨੇ ਇਲਜ਼ਾਮ ਲਾਇਆ ਸੀ ਕਿ ਪ੍ਰਧਾਨ ਜਿਹੜਾ ਹੈਗਾ ਲਫਾਫੇ ਚੋਂ ਨਿਕਲਦਾ ਹੈ ਫਿਰ ਤਾਂ ਬੀਬੀ ਜੰਗੀਰ ਕੌਰ ਖੁਦ ਦੋ ਵਾਰ ਪ੍ਰਧਾਨ ਬਣੇ ਨੇ ਤਾਂ ਇੱਥੇ ਇਹ ਸਵਾਲ ਉਹਨਾਂ ਤੇ ਉੱਠਦਾ ਕਿ ਕੀ ਤੁਹਾਡਾ ਨਾਮ ਵੀ ਫਿਰ ਲਫਾਫੇ ਚੋਂ ਨਿਕਲਿਆ ਸੀ ਦੱਸਣਾ ਬਣਦਾ ਉਹਨਾਂ ਦਾ ਇਸ ਗੱਲ ਤੇ ਸਪਸ਼ਟੀਕਰਨ ਦੇਣਾ ਬਣਦਾ ਵੀ ਬੀਬੀ ਜੀ ਤੁਸੀਂ ਵੀ ਦੋ ਵਾਰ ਪ੍ਰਧਾਨ ਬਣੇ ਹੋ ਕੀ ਫਿਰ ਦੋ ਵਾਰ ਤੁਹਾਡਾ ਨਾਮ ਵੀ ਲਫਾਫੇ ਚੋਂ ਨਿਕਲਿਆ ਸੀ ਜਾਂ ਤੁਹਾਨੂੰ ਤੁਹਾਡੀ ਕਾਬਲੀਅਤ ਦੇ ਆਧਾਰ ਤੇ ਬਣਾਇਆ ਗਿਆ ਸੀ ਕੀ ਤੁਸੀਂ ਵੀ ਜਿਹੜੇ ਆਪਣੇ ਸਿਆਸੀ ਆਕਾਮਾਂ ਦੇ ਉੱਪਰ ਜਿਹੜੇ ਤੁਹਾਡੇ ਆਕਾਂ ਨੇ ਜਿਹੜੇ ਉਹ ਜਿਨ੍ਹਾਂ ਨੂੰ ਤੁਸੀਂ ਕਿਹਾ ਕਿ ਉਹ ਜੀ ਕੱਠ ਪੁਤਲੀਆਂ ਦਾ ਇੱਕ ਖੇਡ ਹੁੰਦਾ ਉਪਰੋਂ ਕੱਠ ਪੁਤਲੀਆਂ ਦੀਆਂ ਰਸੀਆਂ ਧਾਗੇ ਕੋਈ ਹੋਰ ਖਿੱਚ ਰਿਆ ਹੁੰਦਾ ਤਾਂ ਫਿਰ ਤਾਂ ਇਹਦਾ ਮਤਲਬ ਕਿ ਤੁਸੀਂ ਵੀ ਲਫਾਫੇ ਚੋਂ ਨਿਕਲੇ ਤੁਸੀਂ ਵੀ ਉਹ ਆਪਣੇ ਸਿਆਸੀ ਆਕਾ ਦੇ ਹੱਥਾਂ ਦੀ ਕੱਠ ਪੁਤਲੀ ਸੀ ਜਿਵੇਂ ਉਹਨਾਂ ਨੂੰ ਉਹਨਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਤਾ ਤੁਸੀਂ ਉਹਨਾਂ ਦੇ ਅਕੋਰਡਿੰਗ ਕਰਦੇ ਰਹੇ ਫਿਰ ਤਾਂ ਇਹਦਾ ਮਤਲਬ ਤੁਹਾਡੀ ਸ਼ਖਸੀਅਤ ਤੇ ਵੀ ਸਵਾਲ ਉੱਠਦੇ ਨੇ ਜੀ ਅੱਜ ਤੁਹਾਡਾ ਨਾਮ ਲਫਾਫੇ ਚੋਂ ਨਹੀਂ ਨਿਕਲਿਆ ਕਿਸੇ ਹੋਰ ਪਰਸਨ ਦਾ ਨਾਮ ਨਿਕਲ ਗਿਆ ਅੱਜ ਉਹ ਕੁਰਸੀ ਤੇ ਬੈਠ ਗਿਆ ਤਾਂ ਤੁਸੀਂ ਟੁੱਟ ਗਏ ਹੋ ਤੁਹਾਡੀ ਈਗੋ ਹਰਟ ਹੋ ਗਈ ਤੁਹਾਡਾ ਘਮੰਡ ਟੁੱਟ ਗਿਆ ਜਾਂ ਤੁਸੀਂ ਆਪਦੇ ਆਪ ਨੂੰ ਐ ਸਮਝਦੇ ਹੋ ਕਿ ਮੈਨੂੰ ਲਾਂਬੇ ਕਰ ਦਿੱਤਾ ਗਿਆ ਤੇ ਹੁਣ ਤੁਸੀਂ ਬਗਾਵਤ ਤੇ ਉਤਰੇ ਆਏ ਇਹ ਸਵਾਲ ਇਹ ਇਹ ਪਹਿਲਾਂ ਉਹ ਇੰਟਰਵਿਊ ਦੇਣ ਤੋਂ ਪਹਿਲਾਂ ਇਹ ਸਵਾਲ ਖੁਦ ਸ਼ੀਸ਼ੇ 'ਚ ਖੜ ਕੇ ਖੁਦ ਨੂੰ ਪੁੱਛਣਾ ਵੀ ਮੈਂ ਵੀ ਤਾਂ ਲਫਾਫੇ ਚੋਂ ਨਿਕਲਦੀ ਰਹੀ ਹਾਂ ਜੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਉਸ ਕਲਚਰ ਤੇ ਆਵਾਜ਼ ਉਠਾਉਨੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਉਸ ਕਲਚਰ ਤੇ ਆਵਾਜ਼ ਉਠਾਉਨੇ ਹੋ ਪ੍ਰਕਾਸ਼ ਸਿੰਘ ਬਾਦਲ ਤੇ ਵਿਅੰਗ ਕਰਦੇ ਹੋ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲਾਉਂਦੇ ਹੋ ਕਿ ਉਹ ਲਫਾਫਿਆਂ ਚੋਂ ਕੱਢਦੇ ਨਹੀਂ ਤਾਂ ਪਹਿਲਾਂ ਆਪਣੇ ਆਪ ਨੂੰ ਦੇਖੋ ਵੀ ਤੁਸੀਂ ਵੀ ਲਫਾਫੇ ਚੋਂ ਹੀ ਨਿਕਲੇ ਹੋਵੋਗੇ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਕੱਲ ਉਹਨਾਂ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਪੰਥਕ ਦਾ ਇੱਕ ਧਿਰ ਦਾ ਐਲਾਨ ਕਰਤਾ ਇਸ ਐਲਾਨ ਦੇ ਨਾਲ ਜਿਹੜੇ ਹੋਰ ਲੀਡਰ ਨੇ ਮੈਂ ਤੂੰ ਇੰਸਾ ਗਰੁੱਪ ਦੀ ਗੱਲ ਕਰਾਂ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰਾਂ ਕੀ ਲੱਗਦਾ ਕਿ ਇਹਦੇ ਇਹਦੇ ਵਿੱਚੋਂ ਕੁਝ ਲੀਡਰ ਜਾਂ ਬੀਬਾ ਜੀ ਨੂੰ ਇਸ ਚੀਜ਼ ਦੀ ਕੋਈ ਸ਼ੈ ਹੈਗੀ ਸਮੇਂ-ਸਮੇਂ ਤੇ ਅ ਅਕਾਲੀ ਦਲ ਦੇ ਨਾਲੋਂ ਕਈ ਲੀਡਰ ਵੱਖ ਹੁੰਦੇ ਰਹੇ ਹਮ ਅਰਜੀਤ ਸਿੰਘ ਬਰੰਪਰਾ ਵੱਖ ਹੋਇਆ ਸੀ ਦੁਆਬੇ ਦੇ ਹੋਰ ਕਈ ਆਗੂ ਵੱਖ ਹੋਏ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਉਦੋਂ ਵੱਡੀ ਠੇਸ ਲੱਗੀ ਜਦੋਂ ਸਖਦੇਵ ਸਿੰਘ ਢੀਂਟ ਸਾਹਿਬ ਵੱਖ ਹੋਇਆ ਹਮ ਸਖਦੇਵ ਸਿੰਘ ਗੱਲ ਉੱਥੇ ਆ ਜਾਂਦੀ ਆ ਹੁਣ ਸੁਖਦੇਵ ਸਿੰਘ ਢੀਂਡਸਾ ਜਦੋਂ ਬਖ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਜੀ ਅਸੀਂ ਉਹ ਸਾਰਾ ਕੁਝ ਅੱਖੀਂ ਵੇਖਦੇ ਰਹੇ ਹਾਂ ਅਸੀਂ ਸਹਿੰਦੇ ਰਹੇ ਹਾਂ ਅਸੀਂ ਬਾਦਲ ਸਾਹਿਬ ਨੂੰ ਅੰਦਰ ਖਾਤੇ ਕਹਿੰਦੇ ਵੀ ਹੁੰਦੇ ਸੀ ਬਾਦਲ ਸਾਹਿਬ ਆਮਨ ਆਈਆਂ ਨਾ ਹੋਣ ਦਿਓ ਉਹਨਾਂ ਨੇ ਜਿਹੜਾ ਹੈਗਾ ਉਹ ਮਾਫੀਨਾਮੇ ਵਾਲਾ ਡੇਰਾ ਮੁਖੀ ਨੂੰ ਮਾਫੀਨਾਮੇ ਵਾਲਾ ਮੁੱਦਾ ਵੀ ਠਾਇਆ ਸੀ ਹਨਾ ਹੋਰ ਸਾਰੀਆਂ ਗੱਲਾਂ ਸਵਾਲ ਉੱਥੇ ਹੀ ਆ ਵੀ ਜਦੋਂ ਤੁਸੀਂ ਵਿੱਚ ਹੁੰਨੇ ਹੋ ਪਾਰਟੀ ਦੇ ਉਦੋਂ ਤੁਸੀਂ ਨਹੀਂ ਬੋਲਦੇ ਢਿੰਸਾ ਨੇ ਸਭ ਨੇ ਵੀ ਬੜੇ ਬਡੇ ਇਲਜ਼ਾਮ ਲਾਈ ਸੀ ਪ੍ਰਕਾਸ਼ ਸਿੰਘ ਬਾਦਲ ਤੇ ਵੀ ਲਾਈ ਸੀ ਸੁਖਵੀਰ ਸਿੰਘ ਬਾਦਲ ਤੇ ਵੀ ਲਾਈ ਸੀ ਪਰ ਉਦੋਂ ਹੁੰਦਿਆਂ ਵਿੱਚ ਨਹੀਂ ਬੋਲੇ ਦੂਸਰੀ ਗੱਲ ਜਦੋਂ ਇਹ ਲੀਡਰ ਹੌਲੀ ਹੌਲੀ ਟੁੱਟਦੇ ਗਏ ਤਾਂ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਵੀ ਪ੍ਰਕਾਸ਼ ਸਿੰਘ ਬਾਦਲ ਦੇ ਇਹ ਸਮਕਾਲੀ ਨੇ ਲੰਬੇ ਟਾਈਮ ਤੋਂ ਜਿਹੜੇ ਹੈਗੇ ਨੇ ਸੁਖਦੇਵ ਸਿੰਘ ਢਿੰਸਾ ਰঞ্জੀਤ ਸਿੰਘ ਬ੍ਰਹਮਪੁਰ ਬਲਵਿੰਦਰ ਸਿੰਘ ਭੂੰਦੜ ਹੋਰ ਕਈ ਲੀਡਰ ਸ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚੱਲਦੇ ਆ ਰਹੇ ਨੇ ਮੁੱਢੋਂ ਜਦੋਂ ਤੋਂ ਅਕਾਲੀ ਦਲ ਹੈ ਇੱਕ ਕੈਪਟਨ ਕਮਲਜੀਤ ਸਿੰਘ ਸੀਗੇ ਮਤਲਬ ਵੱਡੇ ਲੀਡਰ ਜਿਹੜੇ ਹਨ ਜਿਹੜੇ ਕਈ ਅੱਜ ਦੁਨੀਆ 'ਚ ਰਹੇ ਵੀ ਨਹੀਂ ਹੈਗੇ ਤਾਂ ਉਹ ਉਹਨਾਂ ਦੇ ਜਾਣ ਨਾਲ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਝਟਕਾ ਤਾਂ ਲੱਗਿਆ ਕਿਤੇ ਨਾ ਕਿਤੇ ਅਕਾਲੀ ਦਲ ਥੋੜਾ ਸਵਾਲ ਵੀ ਉੱਠੇ ਨੇ ਤੇ ਅਕਾਲੀ ਦਲ ਨੂੰ ਇਹ ਨੁਕਸਾਨ ਹੋਇਆ ਇਹ ਨੁਕਸਾਨ ਆਪਾਂ ਪਿਛਲੇ 10 ਸਾਲਾਂ ਚ ਆਪਾਂ ਦੇਖਿਆ 5 ਸਾਲਾਂ ਚ ਦੇਖਿਆ ਵੀ 2017 ਦੇ ਇਲੈਕਸ਼ਨ ਤੋਂ ਬਾਅਦ ਅਕਾਲੀ ਦਲ ਪੈਰਾਂ ਤੇ ਸਟੈਂਡ ਨਹੀਂ ਹੋਇਆ 17 ਦੀਆਂ ਇਲੈਕਸ਼ਨਾਂ ਤੋਂ ਬਾਅਦ ਇਹ ਕਿਵੇਂ ਦਿਨੋ ਦਿਨ ਮਾਤ ਖਾਂਦੇ ਗਏ ਦਿਨੋ ਦਿਨ ਅਕਾਲੀ ਦਲ ਲੋਕਾਂ ਦੇ ਮਨਾਂ ਚੋਂ ਖਤਮ ਹੁੰਦਾ ਗਿਆ ਅਕਾਲੀ ਦਲ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਇਹ ਚੀਜ਼ਾਂ ਦਾ ਨੁਕਸਾਨ ਅਕਾਲੀ ਦਲ ਨੂੰ ਹੋਇਆ ਹੁਣ ਤੁਸੀਂ ਜਿਹੜੀ ਗੱਲ ਕੀਤੀ ਕਿ ਕੀ ਲੱਗਦਾ ਕਿ ਬੀਬੀ ਜੰਗੀਰ ਕੌਰ ਨੇ ਜਿਹੜੀ ਬੜਕ ਮਾਰੀ ਆ ਹੂੰ ਮੈਂ ਬੜਕ ਕਹੂੰਗਾ ਇਹਨੂੰ ਸ਼੍ਰੋਮਣੀ ਅਕਾਲੀ ਪੰਥ ਉਹਨਾਂ ਨੇ ਕੱਲ ਆਪਣੇ ਉਥੇ ਵਰਸ਼ੀ ਸਮਾਗਮ ਸੀ ਜਿਹੜੇ ਉਹਨਾਂ ਦੇ ਸੰਤਾਂ ਦੇ ਉਥੋਂ ਉਹਨਾਂ ਨੇ ਇਹ ਐਲਾਨ ਕੀਤਾ ਕਿ ਆਪਾਂ ਸ਼੍ਰੋਮਣੀ ਅਕਾਲੀ ਪੰਥ ਇੱਕ ਨਵੀਂ ਧਿਰ ਬਣਾਈ ਗਈ ਉਹ ਧਿਰ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਹਿੱਸਾ ਲਈਗੀ ਉਹ ਚੋਣਾਂ ਤੋਂ ਪਹਿਲਾਂ ਜਿਹੜੀਆਂ ਨਮੀਆਂ ਵੋਟਾਂ ਵੰਡਣੀਆਂ ਨੇ ਉਹ ਆਪ ਬਣਾਈਆਂ ਜਾਣ ਔਰ ਚੋਣਾਂ ਲੜੀਆਂ ਜਾਣ ਜੀ ਹੁਣ ਬੀਬੀ ਜੰਗੀਰਕੌਰ ਦਾ ਕਦ ਪਾਵੇਂ ਸਿਆਸਤ ਦੇ ਵਿੱਚ ਵੱਡਾ ਹੈ ਪਰ ਜਦੋਂ ਕਹਿੰਦੇ ਹੁੰਦੇ ਹਨ ਨਾ ਕੋਈ ਸ਼ਰੀਕ ਬੜਕ ਮਾਰਦਾ ਹੁੰਦਾ ਤਾਂ ਪਿੱਛੇ ਕਿਸੇ ਸ਼ਰੀਕ ਦੀ ਚੱਕ ਵੀ ਹੁੰਦੀ ਆ ਹਮ ਠੀਕ ਹੈ ਨਾ ਉਹ ਜਿਵੇਂ ਕਹਣਾ ਕਿਸੇ ਗਾਇਕ ਨੇ ਕਹਿੰਦਾ ਮਾੜੀ ਹੁੰਦੀ ਆ ਸ਼ਰੀਕਾਂ ਵਾਲੀ ਚੱਕ ਜੀ ਜਿਹੜੀ ਸ਼ਰੀਕਾਂ ਵਾਲੀ ਚੱਕ ਹੁੰਦੀ ਆ ਨਾ ਉਹ ਕਈ ਵਾਰੀ ਕੋਈ ਕਈ ਚਿਹਰੇ ਇਹੋ ਜਿਹੇ ਹੁੰਦੇ ਜਿਹੜੇ ਪਿੱਛੇ ਰਹਿੰਦੇ ਕਹਿੰਦੇ ਭਾਈ ਤੂੰ ਲੱਗ ਮੜਾ ਇਹ ਮੂਰੇ ਮੈਂ ਤੇਰੇ ਨਾਲ ਖੜਾਂਗਾ ਹੂੰ ਇੱਥੇ ਵੀ ਬੀਬੀ ਦੀ ਇਸ ਬੜਤ ਦੇ ਵਿੱਚ ਪਿੱਛੇ ਕੋਈ ਨਾ ਕੋਈ ਧਿਰ ਹੈ ਉਹ ਧਿਰ ਕੌਣ ਆ ਜਿਨ੍ਹਾਂ ਨੇ ਅਜ ਤੱਕ ਬੀਬੀ ਨੂੰ ਸਾਰੇ ਉਹ ਕਿਹਾ ਵੀ ਤੁਸੀਂ ਇਲਜ਼ਾਮ ਲਾਓ ਤੁਸੀਂ ਆਹ ਆਹ ਕੀ ਲੱਗਦਾ ਹਰਜਿੰਦਰ ਕੇ ਸ਼੍ਰੋਮਣੀ ਕਾਲ ਦੀ ਦਲ ਬਾਦਲ ਨੂੰ ਇਹਦਾ ਨੁਕਸਾਨ ਹੋਵੇਗਾ ਢੀਂਟਾ ਗਰੁੱਪ ਵੀ ਤਾਂ ਵੀ ਨੁਕਸਾਨ ਹੋਵੇਗਾ ਕਿ ਤੁਹਾਨੂੰ ਲੱਗਦਾ ਕਿ ਢੀਂਡਸਾ ਗਰੁੱਪ ਫੇਰ ਨਾ ਬਾਦਲਾਂ ਦੇ ਨਾਲ ਚਲਾ ਜਾਵੇ ਹੁਣ ਦੇਖਣਾ ਇਹ ਬਣਦਾ ਕਿ ਬੀਬੀ ਜੰਗੀਰ ਕੌਰ ਇਹ ਆਪਣਾ ਜਿਹੜਾ ਸ਼੍ਰੋਮਣੀ ਅਕਾਲੀ ਪੰਥ ਨਵੀਂ ਧੇਰਾ ਇਹ ਇਕੱਲੀ ਰਣ ਕਰਦੀ ਆ ਜਾਂ ਜਿਹੜੀਆਂ ਧੇਰਾ ਅਕਾਲੀ ਦਲ ਬਾਦਲ ਨਾਲੋਂ ਟੁੱਟੀਆਂ ਬੈਠੀਆਂ ਨੇ ਜਿਵੇਂ ਢੀਂਡਸਾ ਨੇ ਬਣਾ ਲਿਆ ਢੀਂਡਸਾ ਗਰੁੱਪ ਹੋ ਗਿਆ ਉਧਰ ਬਰੰਪਰਾ ਗਰੁੱਪ ਸੀ ਹੋਰ ਕਈ ਗਰੁੱਪ ਹੈਗੇ ਨੇ ਛੋਟੇ ਛੋਟੇ ਅਕਾਲੀ ਦਲ ਦੇ ਜਿਹੜੇ ਟੁੱਟੇ ਨਹੀਂ ਅੱਜ ਅਕਾਲੀ ਦਲ ਨਾਲ ਨਾਲ ਨਹੀਂ ਭਾਵੇਂ ਕਿਸੇ ਦੇ ਸੁਖਵੀਰ ਨਾਲ મતभेद ਹੋਏ ਭਾਵੇਂ ਕਿਸੇ ਦੇ ਵੱਡੇ ਬਾਦਲ ਨਾਲ મતਭੇਦ ਸਨ ਜਿਹੜੇ ਟੁੱਟ ਕੇ ਸਾਈਡ ਤੇ ਹੋ ਗਏ ਸੀ ਜੇ ਤਾਂ ਮਾਫੀ ਚਾਹਨਾ ਜੇ ਤਾਂ ਜੰਗੀਰ ਕੌਰ ਉਹਨਾਂ ਨੂੰ ਅਪਰੋਚ ਕਰਦੀ ਐ ਵੀ ਆਓ ਜੀ ਆਪਾਂ ਇੱਕ ਗੱਠ ਜੋੜ ਕਰੀਏ ਆਪਾਂ ਮਿਲ ਕੇ ਆਪਾਂ ਇਕੱਠੇ ਹੋ ਕੇ ਤੇ ਆਪਾਂ ਇਕੱਠੇ ਹੋ ਕੇ ਨਵਾਂ ਹੋ ਅਕਾਲੀ ਦਲ ਸਿਰਜਗੇ ਜਿਹੜਾ ਅਕਾਲੀ ਦਲ ਬਾਦਲ ਪਰਿਵਾਰ ਨੇ ਖਤਮ ਕਰਤਾ ਜਾਂ ਜਿਹੜਾ ਅਕਾਲੀ ਦਲ ਬਾਦਲ ਪਰਿਵਾਰ ਦੀ ਮੁਠੀ ਚ ਹੈ ਬਾਦਲ ਪਰਿਵਾਰ ਉਸ ਨੂੰ ਆਪਣੀ ਜਾਗੀਰ ਸਮਝੀ ਬੈਠਾ ਹੈ ਆਪਣਾ ਸਮਝੀ ਬੈਠਾ ਹੈ ਆਪਾਂ ਉਸ ਨੂੰ ਆਜ਼ਾਦ ਕਰਵਾਈਗੇ ਸ਼੍ਰੋਮਣੀ ਕਮੇਟੀ ਦੇ ਆਪਾਂ ਹੱਕਾਂ ਲਈ ਲੜਗੇ ਜੇ ਤਾਂ ਜੰਗੀਰਕੌਰ ਉਹਨਾਂ ਦੇ ਬੂਹੇ ਤੱਕ ਜਾਂਦੀ ਹੈ ਤੇ ਉਹਨਾਂ ਨੂੰ ਆਪਦੇ ਨਾਲ ਤੁਰਨ ਦਾ ਪਰਪਸ ਉਹਨਾਂਗੇ ਰੱਖਦੀ ਹੈ ਤਾਂ ਇਹ ਭਵਿੱਖ ਚ ਦੇਖਣਾ ਪੈਣਾ ਵੀ ਉਹ ਉਹਨਾਂ ਨੂੰ ਨਾਲ ਰਲਾਉਣ ਦੀ ਯਰਤ ਰੱਖਦੀ ਹੈ ਉਹਨਾਂ ਨੂੰ ਨਾਲ ਰਲਾਉਣ ਦਾ ਮਾਦਾ ਉਹਨਾਂ ਚ ਹੈਗਾ ਜਾਂ ਉਹ ਢਿੰਡਸਾ ਗਰੁੱਪ ਜਾਂ ਦੂਸਰੇ ਗਰੁੱਪ ਜਗੀਰਕੌਰ ਦੀ ਹਾਂਚ ਹਾਂ ਭਰਨਗੇ ਉਹਦੇ ਨਾਲ ਸਹਿਮਤ ਹੋਣਗੇ ਇਹ ਭਵਿੱਖ ਦੇ ਵਿੱਚ ਦੇਖਣ ਨੂੰ ਮਿਲੂਗਾ ਆਨਲਾਈਨ ਲੱਗਦਾ ਹਰਜਿੰਦਰ ਮੇਰੇ ਹਿਸਾਬ ਦੇ ਨਾਲ ਜੇ ਮੇਰਾ opinion ਹੈ ਮੈਨੂੰ ਨਹੀਂ ਲੱਗਦਾ ਕਿ ਬੀਬੀ ਨਗੀਰਕੌਰ ਉਹ ਕੁਝ ਕਰ ਸਕਦੀ ਹੈ ਉਹ ਪ੍ਰਭਾਵ ਪਾ ਸਕਦੀ ਹੋਵੇਗੀ ਕਿ ਜਿਹੜਾ ਪ੍ਰਭਾਵ ਪਾਉਣਾ ਚਾਹੁੰਦਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕਿਤੇ ਫੇਰ ਨਾ ਢਿੰਡਸਾ ਜਿਹੜਾ ਗਰੁੱਪ ਹੈ ਬਾਦਲ ਦੇ ਨਾਲ ਫੇਰ ਇਕੱਠਾ ਹੋ ਜਾਈਂ ਕੁਝ ਨਾ ਚੱਲੇ ਕਾਰਦੂਸ ਹੁੰਦੇ ਨੇ ਹੂੰ ਰਾਜਨੀਤੀ ਦੇ ਵਿੱਚ ਚੱਲੇਕਾਰ ਤੋਂs ਕਈ ਨੇ ਭਾਵੇਂ ਉਹ ਧਾਰਮਿਕ ਰਾਜਨੀਤੀ ਕਿਸੇ ਵੀ ਪਾਰਟੀ ਦੀ ਰਾਜਨੀਤੀ ਆ ਧਾਰਮਿਕ ਨਹੀਂ ਕਹਿ ਰਹੇ ਆ ਆਪਾਂ ਮਤਲਬ ਰਾਜਨੀਤਿਕ ਪਾਰਟੀ ਉਹਨਾਂ ਦੇ ਕਈ ਚੱਲੇਕਾਰ ਤੋਂs ਹੁੰਦੇ ਆ ਉਹਨਾਂ ਨੇ ਪਿੱਛੇ ਤਾਂ ਆਪਦੇ ਦੌਰ ਦੇ ਵਿੱਚ ਬੜਾ ਤਕੜਾ ਉਹਨਾਂ ਨੇ ਆਪ ਦਾ ਰੱਖਿਆ ਹੁੰਦਾ ਆਪਦਾ ਦਬਦਬਾ ਪਰ ਹੁਣ ਕਿਤੇ ਜਾ ਕੇ ਉਹ ਉਹਨਾਂ ਦੀ ਸਿਆਣ ਪਹਿਚਾਣ ਨਹੀਂ ਆ ਰਹੀ ਹੂੰ ਉਹ ਤਰ ਲੋ ਮੱਛੀ ਹੋ ਰਹੇ ਆ ਕਿਵੇਂ ਨਾ ਕਿਵੇਂ ਆਪਾਂ ਖੇਮੇ 'ਚ ਰੱਗੇ ਸਾਹਮਣੇ ਜੇ ਰੱਗੇ ਆਪਾਂ ਸੁਰਖੀਆਂ 'ਚ ਰੱਗੇ ਵੀ ਇਹਨੇ ਆਹ ਕਰਤਾ ਉਹਨੇ ਉਹ ਕਰਤਾ ਆਹ ਆਇਨਾ ਕਰ ਦੇ ਹੁੰਦਾ ਨਾ ਇੱਕ ਬੰਦੇ ਨੂੰ ਵੀ ਮੈਂ ਸਰਗਰਮ ਜੇ ਰਹਾ ਮੈਂ ਕੋਈ ਨਾ ਕੋਈ ਸ਼ੁਰਲੀ ਛੜਦਾ ਰਹਾ ਬੀਬੀ ਜੰਗੀਰ ਕੌਰ ਵੀ ਮੈਨੂੰ ਲੱਗਦਾਗਾ ਵੀ ਪਿੱਛੇ ਜਿਹਨੇ ਸਿਆਸੀ ਲੀਡਰ ਹੋਏ ਨੇ ਜਿਹੜੇ ਖੇਮੇ ਚੋਂ ਬਾਹਰ ਹੋ ਗਏ ਨੇ ਜਿਨ੍ਹਾਂ ਦਾ ਹੁਣ ਰਾਜਨੀਤਿਕ ਕਦਮ ਉਹਨਾਂ ਨਹੀਂ ਰਿਹਾ ਜਿਹੜੇ ਹੁਣ ਵੱਡੀ ਬੜਕ ਵੀ ਮਾਰਨਗੇ ਤਾਂ ਉਹਦਾ ਕੋਈ ਵੱਡਾ ਅਸਰ ਨਹੀਂ ਹੋਊਗਾ ਹੂੰ ਠੀਕਾ ਨਾ ਉਹਨਾਂ ਦੀ ਪਹੁੰਚ ਉਹ ਕੁਝ ਕੁ ਚੋਣਿੰਦਾ ਛੋਟੇ ਛੋਟੇ ਲੀਡਰਾਂ ਤੱਕ ਹੁੰਦੀ ਆ ਉਹ ਆਪਦੇ ਹਲਕੇ ਤੱਕ ਮਾਰ ਰੱਖਣ ਯੋਗਰੇ ਹੁੰਦੇ ਨੇ ਬੀਬੀ ਜੰਗੀਰ ਕੌਰ ਭਾਵੇਂ ਪੰਜਾਬ ਦੇ ਵੱਡੇ ਅਹੁਦਿਆਂ ਤੇ ਰਹੇ ਆ ਪਰ ਮੈਨੂੰ ਨਹੀਂ ਲੱਗਦਾ ਮੇਰੀ ਨਿੱਜੀ ਇਹ ਆਪਣੇ ਵਿਚਾਰ ਨੇ ਕਿ ਮੈਨੂੰ ਨਹੀਂ ਲੱਗਦਾ ਉਹ ਪੰਜਾਬ ਪੱਧਰ ਤੇ ਕੋਈ ਵੱਡਾ ਅਕਾਲੀ ਦਲ ਦਾ ਨੁਕਸਾਨ ਕਰ ਦੇਣਗੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਚੈਨੀ ਯੁਰਤ ਹੈ ਵੀ ਉਹ ਵੱਡਾ ਇੱਕ ਇਸ ਤਰ੍ਹਾਂ ਦੀ ਧਿਰ ਖੜੀ ਕਰ ਲੈਣਗੇ ਜਿਹੜੇ ਅਕਾਲੀ ਦਲ ਨੂੰ ਟੱਕਰ ਦੇ ਸਕਣ ਤੇ ਬਾਕੀ ਸਾਰੇ ਜਦੋਂ ਕੋਈ ਬੰਦਾ ਬੜਕ ਮਾਰਦਾ ਹੁੰਦਾ ਨਾ ਪਰਮੇਂਦਰ ਸਿੰਘ ਉਦੋਂ ਫਿਰ ਸਾਹਮਣੇ ਵਾਲਾ ਵੀ ਤਾਂ ਚੁੱਪ ਨਹੀਂ ਕਰਕੇ ਬੈੰਦਾ ਹੁੰਦਾ ਸ਼ਰੀਕ ਵੀ ਤਾਂ ਫਿਰ ਇਹ ਵੇਖਦਾ ਹੁੰਦਾ ਨਾ ਵੀ ਮੋਢਿਆਂ ਤੱਕ ਪਾਣੀ ਕਦੋਂ ਕਉਂਦਾ ਫਿਰ ਮੈਂ ਵੀ ਹੁਣ ਮਾਰਾਂ ਬੜਕ ਸੋ ਇਹ ਜਿਹੜੀ ਲੜਾਈ ਹੈ ਨਾ ਇਸ ਲੜਾਈ ਦੇ ਵਿੱਚ ਅਕਾਲੀ ਦਲ ਵੀ ਤਾਂ ਚੁੱਪਨੀ ਬੈਠੂਗਾ ਹੈ ਨਾ ਤਾਂ ਸੋ ਇਸ ਕਰਕੇ ਚੱਲੇ کارਤੂਸ਼ਾਂ ਤੋਂ ਮੈਨੂੰ ਨਹੀਂ ਲੱਗਦਾ ਹੈ ਕੋਈ ਬਹੁਤੀ ਆਪਾਂ ਰੱਖ ਸਕਦੇ ਹਾਂ ਉਮੀਦ ਕਿ ਇਹ ਕੋਈ ਵੱਡੀ ਟੱਕਰ ਦੇ ਸਕਣਗੇ ਬਾਕੀ ਭਵਿੱਖ ਦੇਖਦੇ ਹਾਂ ਕਿਹੜੇ-ਕਿਹੜੇ ਉਹਨਾਂ ਨਾਲ ਕਿਵੇਂ-ਕਿਵੇਂ ਹੱਥ ਮਿਲਾਉਂਦੇ ਨੇ ਕਿਵੇਂ-ਕਿਵੇਂ ਉਹਨਾਂ ਦੀ ਹਾਂ ਚ ਹਾਂ ਭਰਦੇ ਨੇ ਤੇ ਕੀ ਵਰਤਾਂਤ ਅੱਗੇ ਸਿਰਜਿਆ ਜਾਏਗਾ ਬਹੁਤ-ਬਹੁਤ ਧੰਨਵਾਦ ਹਰ ਜੀ ਅੰਦਰ ਜੀ ਬਹੁਤ ਸ਼ੁਕਰੀਆ ਪ੍ਰਵਿੰਦਰ ਕੀ ਲੱਗਦਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਹਦਾ ਨੁਕਸਾਨ ਹੋਵੇਗਾ ਜਾਂ ਫਾਇਦਾ ਜਾਂ ਇਹਨਾਂ ਸਾ ਗਰੁੱਪ ਬਾਦਲ ਪਰਵਾਰ ਕੋਲ ਦੇ ਨਾਲ ਵਾਪਸ ਜਾ ਕੇ ਗੱਠ ਜੋੜ ਕਰੇਗਾ ਸ਼੍ਰੋਮਣੀ ਕਾਲੀ ਦਲ ਬਾਦਲ ਨਾਲ ਗੱਠ ਜੋੜ ਕਰੇਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਬੀਬੀ ਨਗੀਰ ਕੌਰ ਦੀ ਨਵੀਂ ਬਣਾਈ ਜਿਹੜੀ ਕਿੱਤਰ ਹੈ ਸ਼੍ਰੋਮਣੀ ਕਾਲੀ ਦੀ ਪੰਥਕ ਇਹਦਾ ਕੋਈ ਵੱਡਾ ਜਿਹੜਾ ਹੈ ਫਾਇਦਾ ਪੰਜਾਬ ਵਿੱਚ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਜੁੜੇ ਰਹੋ ਲੋਕ ਰਾਈ ਟੀਵੀ ਦੇ ਨਾਲ ਧੰਨਵਾਦ